ਪਿਤਾ ਵਰਗਾ ਧਰਤੀ ਤੇ ਕੋਈ ਰੁੱਖ ਹੋ ਨਹੀਂ ਸਕਦਾ, ਬੱਚਿਆਂ ਨੂੰ ਪਿਤਾ ਵਜੋਂ ਕੋਈ ਸੁੱਖ ਹੋ ਨਹੀਂ ਸਕਦਾ। ਸਤਿ ਸ਼੍ਰੀ ਅਕਾਲ, ਮੈਂ ਮਨਪ੍ਰੀਤ ਕੌਰ, ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਸਿੰਘ ਔਨਲਾਈਨ ਤੇ। 17 ਜੂਨ ਨੂੰ ਅਸੀਂ ਹਰ ਸਾਲ ਫਾਦਰਸ ਡੇ ਮਨਾਉਂਦੇ ਹਾਂ ਤੇ ਇਸ ਸਾਲ ਵੀ ਆਪਾਂ 17 ਜੂਨ ਨੂੰ ਪਿਤਾ ਦਿਵਸ ਦੇ ਰੂਪ 'ਚ ਮਨਾਵਾਂਗੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਫਾਦਰਸ ਡੇ। ਕਹਿੰਦੇ ਨੇ ਨਾ, ਇੱਕ ਪੁੱਤ ਦਾ ਆਪਣੀ ਮਾਂ ਨਾਲ ਤੇ ਇੱਕ ਧੀ ਦਾ ਆਪਣੇ ਪਿਓ ਨਾਲ ਬਹੁਤ ਹੀ ਅਨਮੋਲ ਤੇ ਗਹਿਰਾ ਰਿਸ਼ਤਾ ਹੁੰਦਾ ਹੈ। ਉਸੇ ਤਰ੍ਹਾਂ ਮੇਰਾ ਅਤੇ ਮੇਰੇ ਪਿਤਾ ਜੀ ਦਾ ਵੀ ਬਹੁਤ ਅਨਮੋਲ ਰਿਸ਼ਤਾ ਹੈ। ਉਹਨਾਂ ਨੇ ਹਰ ਮੁਸ਼ਕਿਲ ਮੋੜ 'ਤੇ ਮੈਨੂੰ ਸਪੋਰਟ ਕੀਤੀ ਹੈ ਅਤੇ ਹਰ ਵੇਲੇ ਮੈਨੂੰ ਮੋਟੀਵੇਟ ਕੀਤਾ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਕਾਮਯਾਬ ਬਣਾ। ਉਹਨਾਂ ਨੇ ਮੈਨੂੰ ਇਸ ਕਾਬਿਲ ਬਣਾਇਆ ਕਿ ਅੱਜ ਮੈਂ ਇਸ ਦੁਨੀਆ 'ਚ ਵਿਚਰ ਸਕਾਂ। ਆਓ ਆਪਾਂ ਆਪਣੀ ਯੂਥ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਨੇ ਆਪਣਾ ਫਾਦਰਸ ਡੇ ਆਪਣੇ ਫਾਦਰ ਨਾਲ ਕਿਵੇਂ ਸੈਲੀਬ੍ਰੇਟ ਕਰਨਾ ਹੈ ਅਤੇ ਉਹਨਾਂ ਦੀ ਪਿਤਾ ਨਾਲ ਕੁਝ ਖੱਟੀਆਂ ਮਿੱਠੀਆਂ ਯਾਦਾਂ। ਪਾਪਾ ਖੁਦ ਸਭ ਸਹਤੇ ਹੋ, ਹਮਸੇ ਨਹੀਂ ਕੁਛ ਕਹਤੇ ਹੋ। हेलो हेलो, व्हाट्स योर नेम? माय नेम इज दीपाक्षी। ओके, आपको पता है कि आने वाले संडे को हम फादर्स डे मनाएंगे, तो आप अपने फादर को कोई मैसेज देना चाहें? या श्योर, पापा आई मिस यू, काश मैं आपके साथ होती, आपसे ही मेरी पहचान है। एंड मेरी ज़मीन आप हो, मेरा आसमां आप हो, मैं आपके सर पे उड़ती हूँ और मैं आपके सर पे ही उड़ना चाहती हूँ। एंड आई मिस यू, हैप्पी फादर्स डे। ਤੁਸੀਂ ਮੈਨੂੰ ਐਂ ਦੱਸੋ ਕਿ ਤੁਹਾਡੀ ਕੋਈ ਆਪਣੇ ਫਾਦਰ ਨਾਲ ਐਵੇਂ ਦੀ ਇਮੋਸ਼ਨਲ ਅਟੈਚਮੈਂਟ ਜੋ ਤੁਸੀਂ ਕਦੀ ਭੁੱਲ ਨਹੀਂ ਸਕਦੇ? ਇਮੋਸ਼ਨਲ ਅਟੈਚਮੈਂਟ ਦੇਖੋ ਸਾਰਿਆਂ ਦੀ ਹੁੰਦੀ ਹੈ, ਇਹ ਨਹੀਂ ਕਿ ਮੇਰੀ ਕੁਝ ਖਾਸ ਹੀ ਹੈ, ਪਰ ਆਈਏ ਆਪਾਂ ਪੇਰੈਂਟਸ ਵਾਸਤੇ ਕੁਝ ਕਰ ਸਕੀਏ ਅਤੇ ਮੈਨੂੰ ਲੱਗਦਾ ਜੇ ਆਪਾਂ ਚੰਗੇ ਮਤਲਬ ਬੱਚੇ ਬਣ ਜਾਈਏ, ਕੋਈ ਬਹੁਤ ਵੱਡੀ ਗੱਲ, ਚੰਗੇ ਇਨਸਾਨ ਬਣ ਜਾਈਏ, ਕੋਈ ਬਹੁਤ ਵੱਡੀ ਗੱਲ ਹੈ ਪੇਰੈਂਟਸ ਵਾਸਤੇ। ਤੁਸੀਂ ਆਪਣੇ ਫਾਦਰ ਨੂੰ ਕੋਈ ਮੈਸੇਜ ਦੇਣਾ ਚਾਹੋ ਜਾਂ ਉਹਨਾਂ ਦੀ ਕੋਈ ਯਾਦ ਸਾਡੇ ਨਾਲ ਸਾਂਝੀ ਕਰਨਾ ਚਾਹੋ? ਗੱਲ ਇੱਦਾਂ ਜੀ ਵੀ ਫਾਦਰ ਅਤੇ ਮਦਰ ਦੋ ਇੱਦਾਂ ਦੇ ਇੰਡੀਵਿਜੁਅਲ ਨੇ ਜਿਨ੍ਹਾਂ ਦੇ ਬਿਕੋਜ਼ ਆਫ ਉਹਨਾਂ ਕਰਕੇ ਆਪਾਂ ਇੱਥੇ ਹਾਂ, ਠੀਕ ਹੈ ਕਿ ਨਹੀਂ। ਸੁਭਾਅ ਵੱਲੋਂ ਆਪਾਂ ਕਹਿ ਦਿੰਦੇ ਵੀ ਇੱਕ ਫਾਦਰ ਆ ਜਾਂ ਕੋਈ ਵੀ ਮਦਰ ਹੈ, ਉਹ ਰਾਕਸ਼ਸ ਹੋ ਸਕਦੇ ਨੇ ਸੁਭਾਅ ਵੱਲੋਂ, ਬਟ ਸਭ ਤੋਂ ਪਹਿਲਾਂ ਉਹ ਦੇਵਤੇ ਨੇ ਕਿਉਂਕਿ ਉਹਨਾਂ ਦੀ ਬਦੌਲਤ ਆਪਾਂ ਇੱਥੇ ਹਾਂ, ਠੀਕ ਹੈ ਨਾ। ਤੁਸੀਂ ਛੋਟੇ ਹੁੰਦੇ ਆਪਣੇ ਫਾਦਰ ਨੂੰ ਕੋਈ ਸਰਪ੍ਰਾਈਜ਼ ਦਿੱਤਾ ਹੋਵੇ ਜਾਂ ਫਿਰ ਤੁਸੀਂ ਆਪਣੇ ਬੱਚਿਆਂ ਤੋਂ ਕੋਈ ਉਮੀਦ ਰੱਖਦੇ ਹੋ ਫਾਦਰਸ ਡੇ 'ਤੇ? ਬਹੁਤ ਵਾਰੀ ਜੀ, ਜਿਵੇਂ ਚਲੋ ਕੇਕ ਤਾਂ ਲੈ ਕੇ ਆਉਣਾ ਹੈ ਤਾਂ ਬਹੁਤ ਵਾਰੀ ਕੀਤਾ ਸੀ ਇਸ ਤਰੀਕੇ ਨਾਲ, ਬਟ ਮੈਂ ਸਿੰਸ ਮੈਂ ਬਾਹਰ ਹੀ ਰਿਹਾ ਆਪਣੇ ਘਰ ਤੋਂ, ਪੇਰੈਂਟਸ ਤੋਂ ਆਪਣੇ ਦੂਰ ਹੀ ਰਿਹਾ, ਅਤੇ ਕਦੇ ਛੁੱਟੀਆਂ ਦੇ ਵਿੱਚ ਅਚਾਨਕ ਆ ਜਾਣਾ, ਇੱਥੇ ਮੈਂ ਇੱਥੇ ਹੀ ਪੜ੍ਹਦਾ ਹੁੰਦਾ ਸੀਗਾ ਅਤੇ ਅਚਾਨਕ ਆਪਣੇ ਫੈਮਿਲੀ ਦੇ ਕੋਲ ਪਹੁੰਚ ਜਾਣਾ, ਉਹ ਸਰਪ੍ਰਾਈਜ਼ ਦਿੱਤਾ ਇਸ ਤਰੀਕੇ ਨਾਲ ਬਹੁਤ ਵਾਰੀ, ਅਤੇ ਮੈਂ ਆਪਣੇ ਬੱਚਿਆਂ ਤੋਂ ਵੀ ਉਮੀਦ ਰੱਖਦਾ ਕਿ ਪੇਰੈਂਟਸ ਉਹਨਾਂ ਨੂੰ ਵੱਡਾ ਕਰਦੇ ਨੇ, ਬੜੀ ਉਮੀਦਾਂ ਦੇ ਨਾਲ ਬੜਾ ਵੱਡਾ ਕਰਦੇ ਨੇ, ਪਾਲਣ ਪੋਸ਼ਣ ਕਰਦੇ ਨੇ, ਅਤੇ ਬੱਚਿਆਂ ਨੂੰ ਵੀ ਉਹਨਾਂ ਦਾ ਪੂਰਾ ਖਿਆਲ ਰੱਖਣਾ ਚਾਹੀਦਾ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ। ਤੁਸੀਂ ਆਪਣੇ ਫਾਦਰ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋਗੇ ਜਾਂ ਕੋਈ ਸਰਪ੍ਰਾਈਜ਼ ਦੇਣਾ ਚਾਹੁੰਦੇ ਹੋਗੇ? ਹਾਂਜੀ, ਐਕਚੁਲੀ ਮੈਂ ਅੰਬਾਲੇ ਤੋਂ ਬਿਲੋਂਗ ਕਰਦਾ ਅਤੇ ਅਸੀਂ ਘਰ ਤਾਂ ਹੁਣ ਜਾਈਦਾ ਨਹੀਂ, ਵੀਕਐਂਡ 'ਤੇ ਜਾਈਦਾ, ਅਤੇ ਅਸੀਂ ਬਹੁਤ ਮਿਸ ਕਰਦੇ ਆਪਣੇ ਫਾਦਰ ਨੂੰ, ਅਤੇ ਸਪੈਸ਼ਲੀ ਫਾਦਰਸ ਡੇ 'ਤੇ ਅਸੀਂ ਸਾਨੂੰ ਮਤਲਬ ਛੋਟੇ ਹੁੰਦੇ ਤੋਂ ਬੜਾ ਡੈਡ ਨਾਲ ਲਗਾਵ ਹੈ ਅਤੇ ਹਰ ਚੀਜ਼ ਪੂਰੀ ਹੋ ਜਾਂਦੀ ਹੈ ਉਹਨਾਂ ਦੇ ਕਹਿਣ 'ਤੇ, ਅਤੇ ਆਪਣਾ ਬਸ ਇਹੀ ਹੈ ਕਿ ਹਰ ਬੱਚੇ ਨੂੰ ਆਪਣੇ ਫਾਦਰ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਅਤੇ ਉਹਨਾਂ ਕਰਕੇ ਹੀ ਅੱਜ ਆਪਾਂ ਇੰਨੀ ਕੁਆਲੀਫਿਕੇਸ਼ਨ ਲੈ ਕੇ ਇੰਨੀ ਅੱਛੀ ਜੋਬ ਕਰ ਰਹੇ ਹਾਂ, ਅਤੇ ਫਾਦਰ ਬੜੇ ਸਪੋਰਟਿਵ ਹੁੰਦੇ ਹਾਂ, ਅਤੇ ਬੈਸਟ ਗਿਫਟ ਤਾਂ ਇਹੀ ਰਹੇਗਾ ਫਾਦਰ ਲਈ ਕਿ ਉਹਨਾਂ ਨੂੰ ਕਦੇ ਦੁੱਖ ਨਾ ਦੇਈਏ ਅਤੇ ਆਲਵੇਜ਼ ਹੈਪੀ ਰੱਖੀਏ। ਮੈਂ ਆਪਣੇ ਫਾਦਰ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਉਹ ਬਹੁਤ ਚੰਗਾ ਕਰ ਰਹੇ ਨੇ ਸਾਡੇ ਵਾਸਤੇ, ਜਿਹੜਾ ਸਾਨੂੰ ਪੜ੍ਹਾ ਰਹੇ ਨੇ, ਅਤੇ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਵੀ ਅਸੀਂ ਹੁਣ ਆਪਣੇ ਦਮ 'ਤੇ ਕੁਛ ਕਰਨ ਜਾ ਰਹੇ ਹਾਂ। ਤਾਂ ਬੇਟੀਆਂ ਆਪਣੇ ਫਾਦਰ ਕੇ ਬਹੁਤ ਜ਼ਿਆਦਾ ਕਲੋਜ਼ ਹੋਤੀ ਹੈ, ਤਾਂ ਆਪ ਆਪਣੇ ਫਾਦਰ ਕੇ ਕਿਤਨੇ ਕਲੋਜ਼ ਹੈ? ਵੈਲ, ਆਈ ਐਮ ਵੈਰੀ ਕਲੋਜ਼ ਟੂ ਮਾਈ ਫਾਦਰ, ਔਰ ਮੈਂ ਆਪਣੇ ਫਾਦਰ ਕੋ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਥੈਂਕ ਯੂ ਪਾਪਾ, ਉਹਨਾਂ ਨੇ ਮੇਰੇ ਲਈ ਬਹੁਤ ਕੁਛ ਕੀਆ ਲਾਈਫ ਮੇ। ਅਤੇ ਤੁਸੀਂ ਆਪਣੇ ਫਾਦਰ ਨੂੰ ਕੋਈ ਸਰਪ੍ਰਾਈਜ਼ ਦੇਣਾ ਚਾਹੋ ਫਾਦਰਸ ਡੇ 'ਤੇ? ਸਰਪ੍ਰਾਈਜ਼ ਤਾਂ ਜੀ ਇਹ ਹੈ ਜੀ, ਗੱਡੀ ਲੈ ਕੇ ਦੇਣੀ ਹੈ ਇੱਕ, ਦੇਖਦੇ ਹਾਂ ਕਦੋਂ ਜੁੜਦੀ ਹੈ। ਚਲੋ, ਰੱਬ ਕਰੇ ਤੁਹਾਡਾ ਇਹ ਸੁਪਨਾ ਪੂਰਾ ਹੋਵੇ, ਅਤੇ ਮੇਰੇ ਵੱਲੋਂ ਤੁਹਾਨੂੰ ਹੈਪੀ ਫਾਦਰਸ ਡੇ। ਧੰਨਵਾਦ ਜੀ।